ਖਾਲਸ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸ਼ੰਭੂ ਬਾਰਡਰ ਤੋਂ ਆ ਰਹੀ ਹੈ, ਜਿੱਥੇ ਤਾਜ਼ਾ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਸਾਨ ਲੀਡਰਾਂ ਨੇ ਸਟੇਜ ਤੋਂ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ ਹੈ। ਸ਼ੰਭੂ ਤੇ ਖਨੌਰੀ ਦੋਵੇਂ ਬਾਰਡਰਾਂ ਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਚੁੱਕੇ ਨੇ। 11 ਵਜੇ ਤੱਕ ਦੀ ਉਡੀਕ ਕੀਤੀ ਜਾ ਰਹੀ ਹੈ ਕਿ 11 ਵਜੇ ਦਿੱਲੀ ਨੂੰ ਕੂਚ ਕਰਨਾ ਹੈ, ਪਰ ਉਸ ਤੋਂ ਪਹਿਲਾਂ ਕਿਸਾਨ ਲੀਡਰਾਂ ਨੇ ਸਟੇਜ ਤੋਂ ਇੱਕ ਹੋਰ ਅਪਡੇਟ ਦਿੱਤੀ ਹੈ ਕਿ ਸਭ ਤੋਂ ਪਹਿਲਾਂ ਇਕੱਲੇ ਕਿਸਾਨ ਲੀਡਰ ਦਿੱਲੀ ਵੱਲ ਨੂੰ ਕੂਚ ਕਰਨਗੇ। ਸਰਵਣ ਸਿੰਘ ਪੰਧੇਰ ਨੇ ਸਾਰੇ ਕਿਸਾਨਾਂ ਨੂੰ ਇਹ ਵੀ ਸੁਨੇਹਾ ਦਿੱਤਾ ਕਿ ਜੇ ਸਾਨੂੰ ਕੁਛ ਵੀ ਹੁੰਦਾ ਹੈ, ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਪਿੱਛੋਂ ਮੋਰਚਾ ਸ਼ਾਂਤੀਪੂਰਵਕ ਹੀ ਰੱਖਣਾ ਹੈ। ਕਿਸਾਨ ਲੀਡਰ ਨਿਹੱਥੇ ਅੱਗੇ ਵਧਣਗੇ। ਸਭ ਤੋਂ ਪਹਿਲਾਂ ਚੌਪਈ ਸਾਹਿਬ ਦਾ ਪਾਠ ਕੀਤਾ ਜਾਵੇਗਾ ਅਤੇ ਅਕਾਲ ਪੁਰਖ ਦੇ ਓਟ ਆਸਰੇ ਦੇ ਨਾਲ ਦਿੱਲੀ ਵੱਲ ਨੂੰ ਚਾਲੇ ਪਾਏ ਜਾਣਗੇ। ਕਿਸਾਨ ਲੀਡਰਾਂ ਨੇ ਸਟੇਜ ਤੋਂ ਸਰਕਾਰ ਨੂੰ ਵੀ ਸੁਨੇਹਾ ਭੇਜਿਆ ਹੈ ਕਿ 11 ਵਜੇ ਤੱਕ ਦਾ ਸਮਾਂ ਹਾਲੇ ਵੀ ਸਰਕਾਰ ਕੋਲ ਹੈ, ਹਾਲੇ ਵੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸਰਕਾਰ ਮੰਨ ਸਕਦੀ ਹੈ ਤੇ ਕਿਸਾਨ ਫਿਰ ਦਿੱਲੀ ਵੱਲ ਨੂੰ ਕੂਚ ਕਰਨ ਦਾ ਫੈਸਲਾ ਮੁਲਤਵੀ ਕਰ ਦੇਣਗੇ, ਇੱਥੇ ਹੀ ਆਪਣਾ ਧਰਨਾ ਜਾਰੀ ਰੱਖਣਗੇ ਤੇ ਜਦੋਂ ਅਮਲੀ ਰੂਪ ਦੇ ਵਿੱਚ ਸਾਰੇ ਸਰਕਾਰ ਦੇ ਐਲਾਨ ਲਾਗੂ ਹੋ ਜਾਣਗੇ, ਉਸ ਤੋਂ ਬਾਅਦ ਕਿਸਾਨ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੇ। ਕਿਸਾਨਾਂ ਨੇ ਸਰਕਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੀ ਬਾਜ਼ੀ ਹੁਣ ਤੁਹਾਡੇ ਹੱਥ ਦੇ ਵਿੱਚ ਹੈ, ਤੁਸੀਂ ਚਾਹੋ ਤਾਂ ਕਿਸਾਨਾਂ ਦੇ ਮੋਰਚੇ ਦਾ 1 ਮਿੰਟ ਦੇ ਵਿੱਚ ਹੱਲ ਕਰ ਸਕਦੇ ਹੋ। ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨ ਲੀਡਰਾਂ ਨੇ ਇਹ ਸੁਨੇਹਾ ਭੇਜਿਆ ਹੈ। ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਸਰਵਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਸੀ ਕਿ ਕਿਸਾਨ ਜਥਿਆਂ ਦੇ ਰੂਪ 'ਚ ਅੱਗੇ ਵਧਣਗੇ, ਹਰ ਇੱਕ ਜਥੇ ਦੀ ਅਗਵਾਈ 1 ਕਿਸਾਨ ਲੀਡਰ ਕਰੇਗਾ ਤੇ ਹਰ ਕੋਈ ਕਿਸਾਨ ਨਿਹੱਥਾ ਹੀ ਅੱਗੇ ਵਧੇਗਾ। ਕਿਸਾਨਾਂ ਦੇ ਕੋਲ ਵੈਸੇ ਵੀ ਕੋਈ ਹਥਿਆਰ ਨਹੀਂ ਹੈ, ਪਰ ਜਿਹੜੀਆਂ ਕੱਲ੍ਹ ਸ਼ਾਮ ਨੂੰ ਤਿਆਰੀਆਂ ਕੀਤੀਆਂ ਨੇ JCB ਮਸ਼ੀਨਾਂ ਨੌਜਵਾਨ ਕਿਸਾਨ ਆਪਣੇ ਬਚਾਅ ਲਈ ਲੈ ਕੇ ਆਏ ਨੇ, ਉਹ ਵੀ ਇੱਥੇ ਹੀ ਖੜੀਆਂ ਰਹਿਣਗੀਆਂ, ਉਹਨਾਂ ਨੂੰ ਦਿੱਲੀ ਨਾਲ ਨਹੀਂ ਲਿਜਾਇਆ ਜਾਵੇਗਾ। ਪਰ ਉਸ ਤੋਂ ਬਾਅਦ ਕਿਸਾਨਾਂ ਨੇ ਇੱਕ ਹੋਰ ਫੈਸਲਾ ਲੈਂਦੇ ਹੋਏ ਸਾਰੇ ਨੌਜਵਾਨ ਕਿਸਾਨਾਂ ਨੂੰ ਇੱਥੇ ਹੀ ਰੁਕਣ ਦੀ ਸਲਾਹ ਦਿੱਤੀ ਹੈ, ਜਾਂ ਕਹਿ ਸਕਦੇ ਹਾਂ ਕਿ ਹੁਕਮ ਦਿੱਤਾ ਹੈ। ਕਿਸਾਨ ਲੀਡਰ ਕਹਿੰਦੇ ਨੇ ਕਿ ਅਸੀਂ ਆਪਣੇ ਕਿਸਾਨਾਂ ਨੂੰ ਅਜਾਈ ਨਹੀਂ ਮਰਵਾਉਣਾ ਚਾਹੁੰਦੇ, ਜੇ ਸਰਕਾਰ ਚਾਹੁੰਦੀ ਹੈ ਕਿ ਮਾਰ ਕੇ ਹੀ ਕੋਈ ਹੱਲ ਨਿਕਲਣਾ ਹੈ ਤਾਂ ਪਹਿਲਾਂ ਕਿਸਾਨ ਆਗੂ ਮੂਹਰੇ ਹੋਣਗੇ, ਹਿੱਕ ਡਾ ਕੇ ਉਹ ਅੱਗੇ ਆਪਣੇ ਕਿਸਾਨਾਂ ਦੇ ਲਈ ਡਟਣਗੇ, ਲੜਨਗੇ ਤੇ ਜੇ ਲੋੜ ਪਈ ਤਾਂ ਮਰਨਗੇ ਵੀ। ਔਰ ਆਜ ਆਪ ਦੇਖ ਰਹੇ ਹੈਂ ਹਮਨੇ ਆਪਣੀ ਔਰ ਸੇ ਭਰਸਕ ਪ੍ਰਯਾਸ ਕਿਆ, ਯਤਨ ਕੀਏ, ਜਿਸ ਵਾਰਤਾ ਕਾ ਹਮੇਂ ਨਿਉਤਾ ਮਿਲਾ, ਹਮ ਉਸ ਵਾਰਤਾ ਮੇਂ ਗਏ, ਹਮਨੇ ਹਾਥ ਬਾਂਧ ਕੇ ਕੇਂਦਰ ਸਰਕਾਰ ਕੋ ਯੇ ਨਿਵੇਦਨ ਕੀਆ ਵੀ ਆਪ ਹਮਾਰੇ ਸਾਥ ਬੈਠ ਕਰ ਹਮਾਰੇ ਮਸਲੋਂ ਕਾ ਹੱਲ ਕੀਜੀਏ, ਆਪ ਸਭੀ ਮਾਂਗੋਂ ਕੇ ਉੱਪਰ, ਇੱਕ ਮਾਂਗ ਕੇ ਉੱਪਰ ਚਰਚਾ ਹੋ ਚੁੱਕੀ ਹੈ, ਅਬ ਤੋ ਨਿਰਣੈ ਲੈਣੇ ਕਾ ਸਮੇਂ ਹੈ। ਹਮ ਆਪਣੀ ਔਰ ਸੇ ਬਿਲਕੁਲ ਪੀਸਫੁਲੀ ਰਹੇਂਗੇ, ਪਰ ਜੋ ਹਮਨੇ ਦੇਖਾ ਵੀ ਕੇਂਦਰ ਅਰਧ ਸੈਨਿਕ ਫੋਰਸੋਂ ਕੇ ਦੁਆਰਾ ਕਿਸਾਨ ਔਰ ਮਜ਼ਦੂਰ ਕੀ ਅੱਜ ਖੂਨ ਕੀ ਹੋਲੀ ਖੇਲੇਗਾ, ਹਮ ਕਹਤੇ ਹੈ ਆਪਕਾ ਦਾਇਤਵ ਬਣਤਾ ਹੈ, ਹਮਨੇ ਵੀ ਪ੍ਰਧਾਨ ਮੰਤਰੀ ਬਣਾਨੇ ਕੇ ਲੀਏ ਵੋਟ ਡਾਲੀ ਹੋਗੀ ਦੀ ਹੋਗੀ, ਇਹ ਦੇਸ਼ ਸਭੀ ਕਾ ਹੈ, ਪ੍ਰਧਾਨ ਮੰਤਰੀ ਸਭੀ ਕੇ ਹੈ, ਉਨਕੋ ਆਗੇ ਆ ਕੇ ਪਰਿਸਥਿਤੀਓਂ ਕੋ ਸੰਭਾਲਣਾ ਚਾਹੀਏ ਔਰ ਹਮਾਰੀ ਮਾਂਗੇ ਮਾਨ ਲੈਣੀ ਚਾਹੀਏ। ਆਗੇ ਵੀ ਹਮਾਰੇ ਜਵਾਨ ਹੈ, ਇਧਰ ਕਿਸਾਨ ਹੈ, ਵੋ ਵੀ ਹਮਾਰੇ ਪਰਿਵਾਰੋਂ ਸੇ ਹੈ, ਹਮ ਵੀ ਆਪਣੇ ਹੈ, ਇਸ ਲਈ ਹਮ ਨਹੀਂ ਚਾਹੇਂਗੇ ਵੀ ਹਮ ਐਸਾ ਕੁਛ ਹੋ ਜੋ ਦੇਸ਼ ਕੋ ਆਜ ਦੁੱਖ ਤਸਵੀਰੇ ਦੇਖਣੇ ਮੇਂ ਸਾਹਮਣੇ ਆਏ। ਬਿਊਰੋ ਰਿਪੋਰਟ, ਦ ਖਾਲਸ ਟੀਵੀ।